ਮੇਰੀ ਸਿਸਟਰ ਨੂੰ ਪ੍ਰੋਬਲਮ ਸੀ, ਵੇਟ ਵੀ ਜ਼ਿਆਦਾ ਸੀ ਕਾਫੀ, ਅਤੇ ਉਸ ਕਰਕੇ ਵੇਟ ਲੋਸ ਕਰਾਇਆ ਸੀ ਆਪਾਂ। ਅਤੇ ਜੋ ਇਹ ਮਤਲਬ ਸਟਿਚ ਕਰਦੇ ਆ, ਟੈਂਕੇ ਲਾਉਂਦੇ ਆ ਛੋਟੇ, ਦੂਰਬੀਨ ਆਪਰੇਸ਼ਨ ਹੋਇਆ, ਛੋਟੇ ਛੋਟੇ ਲਾਉਂਦੇ ਆ, ਤਾਂ ਰਿਕਵਰੀ ਛੇਤੀ ਹੋ ਗਿਆ ਅਤੇ ਬਹੁਤ ਵਧੀਆ, ਅਤੇ ਵੇਟ ਵੀ ਬਹੁਤ ਲੋਸ ਹੋ ਗਿਆ, ਵਧੀਆ ਹੋ ਗਿਆ। ਓਕੇ ਡਾਕਟਰ ਸਾਹਿਬ, ਬਹੁਤ ਵਧੀਆ, ਬਹੁਤ ਹੀ ਵਧੀਆ, ਸਾਰਾ ਸਟਾਫ ਵੀ ਵਧੀਆ, ਬਹੁਤ ਓਕੇ ਆ। ਹਾਂਜੀ, ਮੇਰੀ ਸਿਸਟਰ ਨੂੰ ਪ੍ਰੋਬਲਮ ਸੀ, ਵੇਟ ਵੀ ਜ਼ਿਆਦਾ ਸੀ ਕਾਫੀ, ਅਤੇ ਆਪਾਂ ਫਿਰ ਯੂਟਿਊਬ ਤੋਂ ਵੇਖਿਆ ਜਸਮੀਤ ਸਿੰਘ ਆਲੂ ਵਾਲਿਆ ਡਾਕਟਰ ਸਾਹਿਬ, ਅਤੇ ਉਸ ਕਰਕੇ ਵੇਟ ਲੋਸ ਕਰਾਇਆ ਸੀ ਆਪਾਂ। ਅਤੇ ਉਸ ਟਾਈਮ ਠੀਕ, ਹੁਣ ਆਪਾਂ ਇਹਨਾਂ ਦਾ ਵੇਟ ਲੋਸ ਉਹ ਮਤਲਬ ਕਰਾਇਆ, ਪਰੇਟ ਕਰਾਇਆ ਜੋ ਵੀ, ਅਤੇ ਉਹਦੇ ਨਾਲ ਆਪਾਂ ਨੂੰ ਵਧੀਆ ਰਿਹਾ ਵਾ, ਠੀਕ ਆ। ਜੋ ਵੀ ਇਹਨਾਂ ਦਾ ਹੋਇਆ ਵੀ ਪਰੇਟ ਹੋਇਆ ਸੀ, ਉਹ ਸਾਰਾ ਕੁਛ ਵਧੀਆ ਓਕੇ ਆ, ਅਤੇ ਬਾਕੀ ਠੀਕ ਠਾਕ ਆ। ਅਤੇ ਜੋ ਇਹ ਮਤਲਬ ਸਟਿਚ ਕਰਦੇ ਆ, ਟੈਂਕੇ ਲਾਉਂਦੇ ਆ ਛੋਟੇ, ਦੂਰਬੀਨ ਆਪਰੇਸ਼ਨ ਹੋਇਆ, ਛੋਟੇ ਛੋਟੇ ਲਾਉਂਦੇ ਆ, ਤਾਂ ਰਿਕਵਰੀ ਛੇਤੀ ਹੋ ਗਿਆ, ਅਤੇ ਬਹੁਤ ਵਧੀਆ, ਅਤੇ ਵੇਟ ਵੀ ਬਹੁਤ ਲੋਸ ਹੋ ਗਿਆ, ਵਧੀਆ ਹੋ ਗਿਆ। ਓਕੇ ਬਾਕੀ ਡਾਕਟਰ ਸਾਹਿਬ ਬਹੁਤ ਨਾਈਸ ਆ, ਬਹੁਤ ਹੀ ਨਾਈਸ ਆ, ਸਟਾਫ ਵੀ ਸਾਰਾ ਨਾਈਸ ਆ, ਬਾਕੀ ਸਭ ਵਧੀਆ ਕੇਅਰ ਕਰਦੇ ਆ, ਪੁੱਛਦੇ ਵੀ ਆਣ ਕੇ ਵਾਰ ਵਾਰ ਵੀ, ਤੁਹਾਨੂੰ ਕੋਈ ਪ੍ਰੋਬਲਮ ਤਾਂ ਨਹੀਂ, ਕੋਈ ਪ੍ਰੋਬਲਮ ਤਾਂ ਨਹੀਂ, ਮੰਨ ਲਓ ਤੁਸੀਂ ਪਰੇਡ ਕਰਾਉਂਦੇ ਜੇ ਜਾਂ ਇੱਥੇ ਆਉਂਦੇ ਵਿਖਾਉਣ ਵਾਸਤੇ, ਸਭ ਵਧੀਆ ਵਾ ਡਾਕਟਰ ਸਾਹਿਬ, ਬਹੁਤ ਵਧੀਆ, ਬਹੁਤ ਹੀ ਵਧੀਆ, ਸਾਰਾ ਸਟਾਫ ਵੀ ਵਧੀਆ, ਬਹੁਤ ਓਕੇ ਆ। ਬਾਕੀ ਮੇਰੀ ਸਿਸਟਰ ਦਾ ਵੇਟ ਪਹਿਲਾਂ 90 ਕਿਲੋ ਸੀ, ਹੁਣ 65 ਆ ਗਿਆ ਵਾ, 65 ਹੋ ਚੁੱਕਾ ਉਹਨਾਂ ਦਾ, ਅਤੇ ਬਾਕੀ ਡਾਇਟ ਵੀ ਜੋ ਡਾਕਟਰ ਸਾਹਿਬ ਨੇ ਦੱਸਿਆ ਉਹ ਆਪਾਂ ਫੋਲੋ ਕੀਤੀਆਂ ਵਾ, ਅਤੇ ਬਹੁਤ ਵਧੀਆ ਗੱਲ ਹੈ, ਜੇ ਤੁਸੀਂ ਕਰਾਉਣਾ ਚਾਹੁੰਦੇ ਤਾਂ ਸਭ ਵਧੀਆ ਵਾ।